अस्सलाम वालेकुम। जैसे कि यार भाई, मैं आज पेट्रोल पंप पे आया हूँ, इनसे पेट्रोल भी हम डलवा के चेक करेंगे, इनका आपको चेक करवाएंगे, और इनसे हम पूछते हैं कि पेट्रोल में कितनी की प्रॉफिट है और ये कितना का चलता है, और हम आप सबको आप लोगों को सब कुछ बताएंगे, ये इनसे पूछते हैं, चले हम आपको बताएंगे फिर। अस्सलाम वालेकुम। वालेकुम सलाम जी। भाई जी, हम आपसे पूछने आए हैं कि ये आपने पेट्रोल पंप गाँव के बाहर बनाया हुआ है, तो कितने का इनकम हो जाती है आपकी? ये माशाल्लाह ठीक है। थोड़ी सी आवाज होती है, ये क्या है? ये ठीक है, तो 1500 लीटर चला जाता 24 घंटे का। 1500 लीटर? 1500। तो पैसे कितने बन जाते हैं? पैसे एवरेज देख लो, जो रेट आ न्यू रेट हो। नहीं नहीं, इनकम कोई दसो ना। इनकम लीटर मगर 5 रुपये बच रहे हैं। मतलब कि 24 घंटे किन्ने पैसे पट लेंगे? 1500 24 ना रिजर्व दे लो। अच्छा, 2000 रिजर्व दो दियो जरा, रिजर्व रिजर्व तो दियो ना जरा। दसो ना दुनिया नु के दुनिया ये बिजनेस खोले, दुनिया नु पता लगे। तो पेट्रोल पंप च कुछ बचदा भी है या नहीं बचदा? ₹60 लाख ਤੁਸੀਂ ਮਹੀਨੇ ਦਾ ਕਮਾ ਰਹੇ ਹੋ। ਸਿਰਫ ਤੇਲ ਦਾ ਹਿਸਾਬ ਲਾਇਆ ਕਿ ਡੀਜ਼ਲ ਦਾ ਵੀ ਲਾਇਆ? ਦੋਵਾਂ ਦਾ ਹੀ ਲਾਇਆ। ਠੀਕ ਹੋ ਗਿਆ। ਅਤੇ ਇੱਕ ਦਿਨ 'ਚ ਕਿੰਨਾ ਲੀਟਰ ਚਲੇ ਜਾਂਦਾ? 1500 ਲੀਟਰ ਇੱਕ ਦਿਨ 'ਚ ਤੁਹਾਡਾ ਪੈਟਰੋਲ ਵਿਕ ਜਾਂਦਾ। ਪੈਟਰੋਲ ਦੀ ਸੇਲ ਵਾਹ ਵਾ? ਪੈਟਰੋਲ ਦੀ ਮਾਸ਼ਾਅੱਲਾ ਠੀਕ ਹੈ, ਪੈਟਰੋਲ ਡੀਜ਼ਲ ਦੀ ਵੀ ਅੱਛੀ ਹੈ ਅਤੇ ਪੈਟਰੋਲ ਦੀ ਵੀ ਅੱਛੀ ਹੈ। ਅਤੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਦੁਨੀਆ ਪੈਟਰੋਲ ਪੰਪ ਪਾਏ ਜਾਂ ਨਾ ਪਾਏ? ਹਾਂ ਠੀਕ ਹੈ, ਆਪਣੇ ਹਿਸਾਬ ਨਾਲ ਪਾਉਣਾ ਚਾਹੀਦਾ। ਹਾਂਜੀ, ਸਭ ਨੂੰ ਲਾਉਣਾ ਚਾਹੀਦਾ ਹੈ। ਲਾਉਣਾ ਚਾਹੀਦਾ? ਹਾਂਜੀ। ਤੁਸੀਂ ਪਿੰਡ ਦੇ ਬਾਹਰ ਬਾਹਰਲੀ ਸਾਈਡ 'ਤੇ ਤੁਸੀਂ ਪੰਪ ਰੋਡ 'ਤੇ ਲਾਇਆ, ਜ਼ਮੀਨ ਆਪਣੀ ਸੀ ਜਾਂ ਮੁੱਲ ਲਈਏ? ਆਪਣੀ ਸੀ। ਜ਼ਮੀਨ ਆਪਣੀ ਸੀ? ਹਾਂਜੀ। ਕਿੰਨਾ ਰਕਬਾ ਤੁਹਾਡਾ ਇੱਥੇ ਆਪਣਾ? ਆਪਣਾ ਹੈ 7-8 ਕਿੱਲੇ ਹੈ। 7-8 ਕਿੱਲੇ ਹੈ? ਤਾਂ ਤੁਹਾਡੇ ਨੇ 7-8 ਕਿੱਲੇ? ਹਾਂਜੀ। ਠੀਕ ਹੋ ਗਿਆ। ਅਤੇ ਇਹ ਪੈਟਰੋਲ ਤੁਹਾਡਾ ਕਿੱਥੋਂ ਮੰਗਾ ਰਹੇ ਹੋ ਜੀ? ਇਹ PSO 'ਚੋਂ। PSO ਦਾ ਪੈਟਰੋਲ ਹੈ? ਹਾਂਜੀ। ਕਿ ਪੈਟਰੋਲ 'ਚ ਸਮੈਲ ਸਮੂਲ ਤੁਹਾਡੇ ਮੈਂ ਚੈੱਕ ਕੀਤੀ ਹੈ, ਕੋਈ ਨਹੀਂ ਆਈ? ਨਹੀਂ ਆਉਂਦੀ PSO 'ਚ, ਨਹੀਂ ਆਉਂਦੀ। ਅੱਛਾ। ਅਤੇ ਕੰਪਨੀ ਦਾ ਹੋਵੇ, ਜਿਹੜਾ ਮਰਜ਼ੀ ਹੋਵੇ ਤੇਲ, ਸਮੈਲ ਨਹੀਂ ਆਉਂਦੀ, ਕੰਪਨੀ ਦਾ ਹੋਣਾ ਚਾਹੀਦਾ। ਕੰਪਨੀ ਦਾ ਹੋਣਾ ਚਾਹੀਦਾ, ਜਿਹੜੀ ਮਰਜ਼ੀ ਦਾ। ਅਤੇ ਤੁਸੀਂ ਕੀ ਦੁਨੀਆ ਨੂੰ ਕਹਿ ਰਹੇ ਹੋ ਕਿ ਪੈਟਰੋਲ ਪੰਪ ਪਾਉਣਾ ਚਾਹੀਦਾ? ਹਾਂਜੀ, ਜਿਹਦੇ ਕੋਲ ਪੈਸੇ ਹੈ ਨੇ, ਕਾਰੋਬਾਰ ਕਰਨਾ ਚਾਹੀਦਾ। ਉਹ ਤਾਂ ਦੁਨੀਆ ਬੜੀ ਸੋਚਦੀ ਹੈ, ਪੈਸੇ ਹਰ ਕਿਸੇ ਕੋਲ ਨੇ, ਸਿਰਫ ਸੋਚਣ ਲੱਗ ਜਾਂਦੀ ਹੈ ਕੀ ਖੋਲੀਏ, ਕੀ ਪਾਈਏ, ਬਿਜ਼ਨਸ ਕੀ ਪਾਈਏ, ਬਿਜ਼ਨਸ ਕੀ ਕਰੀਏ। ਠੀਕ ਆ, ਆਪਣਾ ਆਪਣਾ ਬੈਠੋ, ਕੰਮ ਕਰੋ, ਸਕੂਨ ਵਾਲਾ ਕੰਮ। ਸਕੂਨ ਵਾਲਾ ਕੰਮ, ਮੈਂ ਤਾਂ ਕੰਮ ਸਕੂਨ ਵਾਲਾ। ਵੈਸੇ ਤੁਸੀਂ ਇੱਥੇ ਕਿੰਨੇ ਘੰਟੇ ਹੁੰਦੇ ਹੋ ਪੰਪ ਦੇ? 24 ਘੰਟੇ ਹੁੰਦੇ ਆ? ਆਪ ਖੁਦ ਹੁੰਦੇ ਹੋ? ਹਾਂਜੀ। ਪੰਪ 'ਤੇ ਖੁਦ ਟਾਈਮ ਦੇਣਾ ਪੈਂਦਾ? ਹਾਂਜੀ। ਅਗਰ ਜੇ ਟਾਈਮ ਖੁਦ ਨਾ ਦਈਏ ਬੰਦਾ ਚਲੇ ਜਾਏ? ਅਤੇ ਉਹ ਅਮਲਾ ਖਰਾਬ ਕਰਨ ਲੱਗ ਜਾਂਦਾ। ਅਮਲਾ ਖਰਾਬ ਕਰਨ ਲੱਗ ਜਾਂਦਾ, ਸਹੀ ਹੋ ਗਿਆ। ਮਤਲਬ ਕਿ ਆਪ ਟਾਈਮ ਦੇਣਾ ਚਾਹੀਦਾ ਬੰਦੇ ਨੂੰ? ਆਪ ਜਿੰਨਾ ਦਿਓਗੇ ਓਨਾ ਬਿਹਤਰ ਆ। ਅੱਛਾ, ਅਤੇ ਹੋਰ ਕੁਛ ਕਹਿਣਾ ਚਾਹੋ? ਬਸ ਆਹੀ ਕਹਿ ਰਿਹਾ, ਜਿਹਦੇ ਕੋਲ ਪੈਸੇ ਹੈ ਨੇ ਅਤੇ ਕੰਮ ਕਰਨਾ ਚਾਹੁੰਦਾ, ਪੈਟਰੋਲ ਪੰਪ ਲਾ ਲਓ, ਹੋਰ ਵੀ ਬਥੇਰੇ ਕੰਮ ਨੇ। ਠੀਕ ਹੋ ਗਿਆ। ਮੇਰੇ ਹਿਸਾਬ 'ਚ ਇਹ ਠੀਕ ਹੈ। ਤੁਹਾਡੇ ਹਿਸਾਬ 'ਚ ਇਹ ਠੀਕ ਹੈ? ਬਾਕੀ ਸਾਰਿਆਂ ਨੂੰ ਪਰ ਹੋਣਾ ਚਾਹੀਦਾ ਉੱਥੇ ਜਿੱਥੇ ਆਮਦ ਰਫਤ ਜ਼ਿਆਦਾ ਹੋਵੇ। ਆਮਦ ਰਫਤ ਜ਼ਿਆਦਾ ਹੋਵੇ, ਠੀਕ ਹੋ ਗਿਆ। ਅਤੇ ਹੋਰ? ਹੋਰ ਬਸ ਇਹ, ਇਸ ਤੋਂ ਚੰਗਾ ਤਾਂ ਸਾਨੂੰ ਲੱਗਿਆ ਕੋਈ ਨਹੀਂ, ਅਸੀਂ ਕਰ ਲਿਆ ਨਾਲ ਆਪਣੇ। ਭਾਈ ਜਿਹੜੀ ਤੁਸੀਂ ਇਹ ਗੱਲਾਂ ਕੀਤੀਆਂ ਨੇ, ਇਹ ਤੁਸੀਂ ਆਪਣੇ ਕੋਲੋਂ ਦੱਸੀਆਂ ਜਾਂ ਤੁੱਕਾ ਲਾਇਆ ਜਾਂ ਸਹੀ ਹੈ? ਇਹ ਕੀ ਹੈ ਗੱਲ ਭਾਜੀ? ਤੁਸੀਂ ਆ ਕੇ ਚੈੱਕ ਕਰ ਸਕਦੇ ਹੋ। ਅੱਛਾ। ਇਹ 1500 ਜਾਂਦਾ, 1500 ਨਾਲ 1500 ਨੂੰ ਜੋ ਰੇਟ ਚੱਲ ਰਿਹਾ, 1500 ਨੂੰ 215 ਨਾਲ ਰਿਜ਼ਰਵ ਜੀਏ। ਹਾਂ। ਅਤੇ ਰੁਪਈਏ ਕਿੰਨੇ ਬਣਦੇ ਨੇ?
ਢਾਈ ਕਿ ਦੇ ਲਾਗੇ ਲਗਭਗ ਬਣ ਢਾਈ ਦੇ ਲਾਗੇ ਲਾਗੇ ਬਣ ਜਾਂਦਾ ਇੱਕ ਦਿਨ ਦੇ ਹਾਂ 24 ਘੰਟਿਆਂ ਦਾ 24 ਘੰਟਿਆਂ ਦਾ ਅੱਛਾ ਕੰਮ ਹੈ ਯਾਰ ਪੂਰਾ ਕੰਮ ਤੇ ਨੂੰ ਨਾਲ ਬੈਠੇ ਆ ਕਰੀ ਜਾ ਰਹੇ ਆ ਤੇ ਹੋਰ ਵੀ ਬਿਜ਼ਨਸ ਚੱਲ ਰਿਹਾ ਕਿ ਸਿਰਫ ਇਹੀ ਨੂੰ ਹਾਂ ਇਹ ਵੀ ਹੈ ਤੇ ਹੋਰ ਵੀ ਦੋ ਤਿੰਨ ਹੈ ਨੇ ठीक। हेलो भाई, जैसे कि हम इन भाई से सवाल कर चुके हैं, अब हम इधर पूछते हैं जो इधर पेट्रोल देता है ना उससे हम पूछते हैं कुछ दो तीन सवाल। हेलो भाई, इधर आना ज़रा, किधर आए, इधर आए। हाँ जी, सलाम अलैकुम। वालेकुम भाई। बह गई बर्बाद बहन चोद, की हाल चाल ने? ठीक ठाक। कदों से काम कर रहे थे? मैंने तकरीबन 3 साल हो गए। 3 साल हो गए। ते 3 साल आंधे अंदर तुसी थे किन्ने एक दिन तक किन्ना पेट्रोल तुसी दे देंगे हो? तकरीबन 1600 लीटर, 1700, 2000 लीटर। अच्छा, जेड़ी भाई ने गल की सही की थी है? हाँ जी। ते डेली दा के ਮਤਲਬ 2.5-3 ਲੱਖ ਰੁਪਏ ਤੁਸੀਂ ਇੱਕ ਦਿਨ ਦਾ ਕਮਾ ਰਹੇ ਹੋ? ਹਾਂਜੀ, 2.5-3 ਲੱਖ ਤੇ ਆਮ ਰੂਟੀਨ ਨਾਲ ਹੋ ਜਾਂਦਾ ਤੇ ਕੁਛ ਦਿਨ ਜ਼ਿਆਦਾ ਵੀ ਹੋ ਜਾਂਦਾ ਜੇ ਤੈਨੂੰ ਮਤਲਬ ਬਹੁਤ ਬਾਜ਼ਾਰ ਹੋਵੇ ਜਦੋਂ ਉਦੋਂ ਸਵਾਰੀਆਂ ਲੋਕੀ ਜ਼ਿਆਦਾ ਢੋਂਦੇ ਤੇ ਜ਼ਿਆਦਾ ਮਤਲਬ ਕਿ ਜਿਸ ਦਿਨ ਸ਼ਹਿਰ ਕੋਈ ਬਾਜ਼ਾਰ ਲੱਗਾ ਹੋਵੇ ਉਸ ਦਿਨ ਜ਼ਿਆਦਾ ਪੈਟਰੋਲ ਜਾਂਦਾ? ਹਾਂਜੀ। ਅੱਛਾ, ਉਸ ਦਿਨ 2000 ਵੀ ਹੋ ਜਾਂਦੀ ਲੀ 2000 ਲੀਟਰ। ਤੇ ਗਰਮੀਆਂ 'ਚ ਸੇਲ ਜ਼ਿਆਦਾ ਹੁੰਦੀ ਹੈ? ਗਰਮੀਆਂ 'ਚ ਵੀ ਸੇਲ, ਗਰਮੀਆਂ 'ਚ ਸਗੋਂ ਜ਼ਿਆਦਾ ਹੁੰਦੀ, ਆਮ ਡੀਜ਼ਲਾਂ ਦੇ ਡਰੰਮ ਲੈਜਦੇ ਨੇ। ਅੱਛਾ, 2-2, 250-300 ਲੀਟਰ, 4-5 ਡਰੰਮ ਸਕੂਲ ਨਾਲ ਸਾਡੇ ਜਾਂਦੇ ਨੇ ਇੱਥੇ। ਸਹੀ ਹੋ ਗਿਆ। ਗਰਮੀਆਂ 'ਚ ਤਾਂ ਫਿਰ 2500-3000 ਤੱਕ ਜਾਂਦੀ ਹੈ ਇਹਨਾਂ ਦੀ ਸੇਲ। ਤੁਸੀਂ ਇਹ ਦੁਨੀਆਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਦੁਨੀਆਂ ਨੂੰ ਕਹਿਣਾ ਚਾਹਾਂਗੇ ਬੇਈਮਾਨੀ ਨਾ ਕਰੋ, ਮੇਜਰ ਪੂਰਾ ਰੱਖ ਕੇ ਦਿਓ ਸੇਲ, ਠੀਕ ਹੈ? ਇਨਸ਼ਾਅੱਲਾ ਤੁਹਾਡੇ ਜਿੱਥੇ ਵੀ ਤੁਸੀਂ ਪੰਪ ਲਾਏ ਆ ਉੱਥੇ ਤੁਹਾਡੇ ਕੋਲ ਦੁਨੀਆਂ ਆਪ ਆਏਗੀ। ਹੁਣ ਸਾਡੇ ਕੋਲ ਇੱਥੋਂ ਤਕਰੀਬਨ ਨਾ ਲਾਗੇ ਲਾਗੇ 10-10 ਪਿੰਡਾਂ ਦੇ ਵਿੱਚੋਂ ਬੰਦੇ ਆ ਰਹੇ, 10-10 ਕਿਲੋਮੀਟਰ ਦੇ ਪਿੰਡ ਨੇ, 15-15 ਇੱਥੇ ਆ ਰਹੇ। ਉਹਨਾਂ ਕੋਲ ਪੰਪ ਵੀ ਮੌਜੂਦ ਨੇ, ਉਹਨਾਂ ਦੇ ਕੋਲ ਮੌਜੂਦ ਨੇ ਰੋਡ ਦੇ ਉੱਤੇ। ਵਜ੍ਹਾ ਇਹ ਆ ਕਿ ਤੇਲ ਇਹ ਹੈਗਾ 1 ਨੰਬਰ, ਉਹ ਕਰਦੇ ਨੇ ਮਿਲਾਵਟ। ਠੀਕ ਹੋ ਗਿਆ, ਠੀਕ ਹੈ ਕਿ ਨਹੀਂ? ਇਹ ਤੇਲ ਪਿਓਰ ਹੈਗਾ ਤੇ ਸਾਡੀ ਪੂਰੇ ਇਲਾਕੇ 'ਚ ਧੁੰਮ ਆ ਪੰਪ ਦੀ। ਠੀਕ ਹੋ ਗਿਆ। ਹਾਂਜੀ, ਦੁਨੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਪੈਟਰੋਲ ਪੰਪ ਪਾਉਣਾ ਚਾਹੀਦਾ ਜਾਂ ਕੋਈ ਹੋਰ ਬਿਜ਼ਨਸ ਕਰਨਾ ਚਾਹੀਦਾ? ਨਹੀਂ, ਪੈਟਰੋਲ ਪੰਪ ਵੀ ਪਾਓ, ਜਿੰਨੀ ਤੁਹਾਡੇ 'ਚ ਗੁੰਜਾਇਸ਼ ਹੈ ਉਨਾ ਕਾਰੋਬਾਰ ਵੀ ਅਗਾਂਹ ਵੱਧਦਾ। ਅੱਛਾ, ਹੁਣ ਇਹਨਾਂ ਦੇ ਉੱਤੋਂ ਨਾ ਜੀ, ਇਹਨਾਂ ਦੇ ਉੱਤੋਂ ਅਸੀਂ ਮਹੀਨੇ ਦਾ ਤਨਖਾਹ ਸਾਡੀ ਲਾਈਏ ਤੇ ਬੱਚਤ ਜਿਹੜੀ ਸਾਡੀ ਹੈਗੀ ਹੈ ਤਕਰੀਬਨ 15-20 ਲੱਖ। ਪੈਟਰੋਲ ਸਹੀ ਹੈ? ਪੈਟਰੋਲ ਇਨਸ਼ਾਅੱਲਾ ਦਾਣੇ ਤੇ ਹੋਏਗਾ। ਕਿਹੜੀ ਕੰਪਨੀ ਦਾ ਪੈਟਰੋਲ? ਇਹ ਪਿਓਰ PSO ਕੰਪਨੀ ਦਾ ਭਾਜੀ। ਕਿੱਥੋਂ ਆ ਰਿਹਾ ਇਹ? ਸਾਡਾ ਆ ਰਿਹਾ ਡਿਪੂ ਦੇ ਵਿੱਚੋਂ, ਫਰੂਕਾਬਾਦ ਡਿਪੂ ਦੇ ਵਿੱਚੋਂ। ਗੱਡੀ ਸਾਡੀ ਸਪੈਸ਼ਲ ਜਾਏਗੀ ਇੱਥੋਂ। ਅੱਛਾ, ਗੱਡੀ ਜਦੋਂ ਔਨਲਾਈਨ ਲੱਗਣੀ, ਜਦੋਂ ਉਹਦਾ ਮਾਲਕਾਂ ਫੋਨ ਕਰ ਦੇਣਾ ਵੀ ਸਾਡੀ ਗੱਡੀ ਲੱਗ ਗਈ ਹੈ ਭਾਜੀ, ਤੇ ਅਸੀਂ ਗੱਡੀ ਲੈ ਕੇ ਮਗਰ ਪਹੁੰਚ ਜਾਣਾ। ਸਹੀ ਹੋ ਗਿਆ। ਤੇ ਤੋੜ ਇੱਥੇ ਤਿੱਕਰ ਆਉਂਦਿਆਂ ਤਿੱਕਰ ਅਸੀਂ ਉਹਨਾਂ ਦੇ ਨਾਲ ਨਾਲ ਆਉਣਾ। ਪੈਟਰੋਲ ਤੇ ਮੈਂ ਚੈੱਕ ਕੀਤਾ, ਸਮੈਲ ਸਮੂਲ ਪੈਟਰੋਲ 'ਚ ਕੋ ਨਹੀਂ ਹੈ? ਪੈਟਰੋਲ 'ਚ ਸਮੈਲ ਹੋਏਗੀ ਭਾਜੀ, ਉਹਨੂੰ 10,000 ਰੁਪਇਆ ਨਾ ਦਿਆਂਗਾ ਮੈਂ। ਅੱਛਾ, 10,000 ਨਾਮ ਦੋ? ਨਾਮ ਦਿਆਂਗਾ। ਠੀਕ ਹੋ ਗਿਆ, 10,000 ਰੁਪਇਆ ਦੇ ਤੇਰੀ ਦੀ। ਯਾਰ, ਜੈਸੇ ਕਿ ਹਮਨੇ ਇਨ ਦੋਨੋਂ ਸੇ ਪੁੱਛ ਲਿਆ, ਆਪ ਲੋਗੋ ਇਹਨਾਂ ਨੇ 1 ਨੰਬਰ ਬਾਤ ਕੀ ਹੈ, ਕੋਈ 2 ਨੰਬਰ ਬਾਤ ਨਹੀਂ ਕੀ, ਜੋ ਬਤਾਇਆ ਸੱਚ ਬਤਾਇਆ, ਕੋਈ ਝੂਠ ਨਹੀਂ ਹੈ, ਆਬਜ਼ਰਵ ਵੀ ਕਰ ਸਕਤੇ ਹੈ। ਉਸਕੇ ਬਾਅਦ ਆਪ ਲੋਗੋ ਯਾਰ ਹਮ ਯਹੀ ਕਹੇਂਗੇ, ਅਗਰ ਆਪਕੇ ਪਾਸ ਪੈਸਾ ਹੈ ਜਾਂ ਕੋਈ ਰੋਡ ਕੇ ਉੱਪਰ ਜ਼ਮੀਨ ਹੈ, ਆਪ ਪੈਟਰੋਲ ਪੰਪ ਕੋਈ ਨਾ ਕੋਈ ਬਿਜ਼ਨਸ ਕਰੇਂ, ਆਪ ਲੋਗੋ ਪ੍ਰੋਫਿਟ ਜ਼ਰੂਰ ਹੋ। ਇਹ ਨਹੀਂ ਹੈ ਕਿ ਪੈਟਰੋਲ ਪੰਪ ਮੇਂ ਬਹੁਤ ਜ਼ਿਆਦਾ ਪ੍ਰੋਫਿਟ ਹੈ, ਮੁਝੇ ਵੀ ਪਤਾ ਹੈ ਕਿ ਪੈਟਰੋਲ ਪੰਪ ਮੇਂ ਪ੍ਰੋਫਿਟ ਹੈ, 1 ਮੰਥ ਕਾ 20-30 ਲੱਖ ਨਿਕਲ ਆਤਾ ਹੈ ਪ੍ਰੋਫਿਟ, ਸਿਰਫ ਪ੍ਰੋਫਿਟ ਨਿਕਲ ਆਤੀ ਹੈ। ਤੋ ਆਪ ਲੋਗੋ ਸੇ ਯਹੀ ਹੈ ਕਿ ਆਪ ਲੋਗ ਵੀ ਕਰੇਂ, ਇਨਸ਼ਾਅੱਲਾ ਹਮ ਆਪ ਲੋਗੋ ਕੋ ਆਗੇ ਵੀ ਕੋਈ, ਇਨਸ਼ਾਅੱਲਾ ਕੱਲ੍ਹ ਜਾਂ ਪਰਸੋਂ ਹਮ ਆਪ ਲੋਗੋ ਕੋ ਨਿਊ ਵਲੋਗ ਕਿਧਰ ਜਾ ਕੇ ਬਣਾ ਕੇ ਦਿਖਾਏਂਗੇ, ਕਿਸੀ ਕੇ ਪਾਸ ਜਾਏਂਗੇ, ਉਧਰ ਆਪ ਹਮਲਾ ਹੋ ਆਪ ਲੋਗੋ ਕੋ ਬਤਾਏਂਗੇ ਇਨਸ਼ਾਅੱਲਾ।